ਜਨਤਾ ਕਰਫਿਊ ਤੋਂ ਬਾਅਦ ਅੱਜ ਚੰਡੀਆਲਾ ਗੁਰੂ ਸ਼ਹਿਰ ਅੱਧਾ ਦਿਸਿਆ ਖੁੱਲਿਆ। ਉਹਦੇ ਵਿੱਚ ਰਸ਼ ਪੈਂਦਾ, ਉਹਦੇ ਨਾਲ ਵੀ ਪ੍ਰੋਬਲਮ ਆ ਰਹੀ ਸੀ, ਇਸ ਕਰਕੇ ਸਵੇਰੇ ਬੇਕਰੀ ਨਹੀਂ ਬੰਦ ਕਰਾਈ ਗਈਆਂ, ਨਾ ਆਪਣੇ ਸਬਜ਼ੀ ਵਾਲੀਆਂ ਦੁਕਾਨਾਂ ਬੰਦ ਕਰਾਈਆਂ, ਨਾ ਦੁੱਧ ਦੀਆਂ, ਬਾਕੀ ਆਲਰੇਡੀ ਬੰਦ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਵਿਸ਼ਵ ਵਿੱਚ ਕੋਰੋਨਾ ਵਾਇਰਸ ਦੇ ਪਾਏ ਗਏ ਖੌਫ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਜਨਤਾ ਕਰਫਿਊ ਲਗਾਉਣ ਦੀ ਜੋ ਅਪੀਲ ਕੀਤੀ ਗਈ ਸੀ, ਉਸ ਵਿੱਚ ਭਾਰਤ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ। ਪੰਜਾਬ ਸਰਕਾਰ ਵੱਲੋਂ ਲਾਕਡਾਊਨ ਕੀਤਾ ਗਿਆ, ਪਰ ਅੱਜ ਦੂਸਰੇ ਦਿਨ ਜੰਡਿਆਲਾ ਗੁਰੂ ਸ਼ਹਿਰ ਵਿੱਚ ਲੋਕਾਂ ਦੀ ਭੀੜ ਅਤੇ ਕਾਫੀ ਦੁਕਾਨਾਂ ਖੁੱਲੀਆਂ ਦੇਖਣ ਨੂੰ ਮਿਲੀਆਂ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਕੀਤਾ ਗਿਆ ਸੀ, ਪਰ ਜੰਡਿਆਲਾ ਗੁਰੂ ਸ਼ਹਿਰ ਕੱਲ੍ਹ ਪੂਰਾ ਬੰਦ ਰਿਹਾ। ਅੱਜ ਫਿਰ ਲੋਕਾਂ ਤੇ ਕੋਈ ਅਸਰ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪੱਕਾ ਕਰਫਿਊ ਲਗਾ ਦੇਣਾ ਚਾਹੀਦਾ ਹੈ। ਇਹ ਲੋਕਾਂ ਨੇ ਕਾਨੂੰਨ ਨੂੰ ਪੂਰਾ ਛਿੱਕੇ ਟੰਗਿਆ ਹੋਇਆ ਹੈ ਅਤੇ ਆਮ ਭੀੜ ਵੇਖਣ ਨੂੰ ਮਿਲ ਰਹੀ ਹੈ। ਦੁਕਾਨਾਂ ਵੀ ਖੁੱਲੀਆਂ ਹਨ ਅਤੇ ਕਿਸੇ ਨੇ ਕੋਈ ਪੁੱਛਗਿੱਛ ਵੀ ਨਹੀਂ ਕੀਤੀ। ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਇਸ ਵੱਲ ਧਿਆਨ ਦੇਵੇ, ਕਿਉਂਕਿ ਕੋਰੋਨਾ ਵਾਇਰਸ ਬਹੁਤ ਹੀ ਭਿਆਨਕ ਬਿਮਾਰੀ ਹੈ, ਇਸ ਨੂੰ ਮਜ਼ਾਕ ਨਾ ਸਮਝਿਆ ਜਾਵੇ। ਜਿਸ ਤੋਂ ਬਾਅਦ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਵੀ ਹਰਕਤ ਵਿੱਚ ਆਈ ਅਤੇ ਪੁਲਿਸ ਨੇ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਰਾਹਗੀਰਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਵਾਰਨਿੰਗ ਦਿੰਦਿਆਂ ਛੱਡ ਦਿੱਤਾ ਗਿਆ। ਇਸ ਮੌਕੇ SHO ਹਰਪਾਲ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਦੁਕਾਨਾਂ ਬੰਦ ਸਨ, ਜੋ ਬੇਕਰੀ ਅਤੇ ਕੁਝ ਹੋਰ ਖੁੱਲੀਆਂ ਸਨ, ਹੁਣ ਉਹ ਵੀ ਬੰਦ ਕਰਵਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਵਾਸਤੇ ਤਿਆਰ ਹਾਂ, ਫਿਰ ਚਾਹੇ ਕਿਸੇ ਨੂੰ ਰੋਟੀ ਦੀ ਲੋੜ ਹੋਵੇ ਜਾਂ ਕਿਸੇ ਹੋਰ ਮਦਦ ਦੀ ਲੋੜ, ਜੋ ਵੀ ਸਾਨੂੰ ਸੰਪਰਕ ਕਰੇਗਾ, ਪੁਲਿਸ ਉਹਨਾਂ ਨੂੰ ਹਰ ਚੀਜ਼ ਮੁਹੱਈਆ ਕਰਵਾਵੇਗੀ। ਸੌਰਵ ਜੀ, ਪੁਲਿਸ ਨੂੰ ਵੀ ਪੂਰਾ ਸਹਿਯੋਗ ਦੇਣਾ ਚਾਹੀਦਾ ਇਸ ਚੀਜ਼ ਦੇ ਵਿੱਚ। ਜੀ ਦੁਕਾਨਾਂ ਸਵੇਰ ਦੀਆਂ ਖੁੱਲੀਆਂ, ਮਗਰ ਪੁਲਿਸ ਦਾ ਹਦਾਇਤ ਆ ਹੀ ਕਿ ਕਰਿਆਨੇ ਵਾਲੇ ਖੁੱਲਣਗੇ, ਉਸ ਚੀਜ਼ ਇਹਨਾਂ ਨੇ ਟਾਈਮਿੰਗ ਹੋਣੀ ਚਾਹੀਦੀ ਹੈ ਕਿ ਇਸ ਚੀਜ਼ 'ਤੇ ਇੰਨੀ ਤੋਂ ਇੰਨੀ ਖੁੱਲ੍ਹਣੀ ਚਾਹੀਦੀ ਆ। ਕਿ ਦੁਕਾਨਾਂ ਦੇ ਅੰਦਰ ਜੀ ਇੱਕ ਤੋਂ ਦੋ ਬੰਦੇ ਤੋਂ ਵੱਧ ਨਾ ਹੋਣ, ਕੋਈ ਵੀ ਹਰ ਜਿੱਥੇ ਵੀ ਬੰਦਾ ਸੌਦਾ ਲੈਣ ਜਾਵੇ ਤਾਂ ਸਭ ਤੋਂ ਪਹਿਲਾਂ ਇੱਕ ਬੰਦਾ ਹੋਵੇ ਉੱਥੇ, ਕੋਈ ਦੂਜਾ ਨਾ ਹੋਵੇ ਅੰਦਰ, ਜੇ ਕਿਸੇ ਨੂੰ ਸੌਦੇ ਜ਼ਰੂਰਤ ਵੀ ਆ ਤਾਂ। ਸਰ ਮੈਂ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਕੱਲ੍ਹ ਦਾ ਜੋ ਲੋਕਾਂ ਨੇ ਜੋ ਬੰਦ ਕਰਾਇਆ ਸੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ, ਉਹਦਾ ਲੋਕਾਂ ਨੇ ਕਾਫੀ ਸਹਿਯੋਗ ਦਿੱਤਾ, ਇਹਦਾ ਲੋਕੀ ਧੰਨਵਾਦੀ ਵੀ ਆਪਣੇ ਆਪ, ਇਹ ਸਾਡੇ ਸਾਰਾ ਕੁਝ ਆਪਣੇ ਵਾਸਤੇ ਆ। ਜੋ ਮੁੱਖ ਮੰਤਰੀ ਵੱਲੋਂ ਅਤੇ ਬਾਕੀ ਸੂਬਿਆਂ ਵੱਲੋਂ ਵੀ 31 ਤਰੀਕ ਤੱਕ ਜੋ ਲਾਕਡਾਊਨ ਕੀਤਾ ਗਿਆ ਵਾ, ਮੇਰਾ ਖਿਆਲ ਆ ਕਿ ਜਿੱਥੋਂ ਕਿ ਇਹਨੂੰ ਲਾਕਡਾਊਨ ਦਾ ਜਿਹੜਾ ਨਾਂ ਦਿੱਤਾ ਗਿਆ, ਲੋਕਾਂ ਦੀ ਸਮਝ ਵਿੱਚ ਥੋੜ੍ਹਾ ਜਿਹਾ ਉਹ ਘੱਟ ਆਇਆ ਵਾ ਕਿ ਲਾਕਡਾਊਨ ਹੁੰਦਾ ਕੀ ਆ। ਜੇ ਇਹਨੂੰ ਆਪਾਂ ਕਰਫਿਊ ਦਾ ਨਾਂ ਦੇ ਦਿੱਤੇ ਜਾਵੇ, ਕਹਿ ਦਿੱਤਾ ਜਾਵੇ ਤਾਂ ਉਹ ਜ਼ਿਆਦਾ ਬਿਹਤਰ ਹੋਵੇਗਾ। ਪਰ ਜੋ ਅੱਜ ਦੇ ਹਾਲਾਤ ਦੇਖੇ ਗਏ ਕਿ ਲੋਕਾਂ ਨੇ ਕਾਨੂੰਨ ਨੂੰ ਪੂਰੇ ਛਿੱਕੇ ਟੰਗਿਆ, ਸਵੇਰੇ ਉੱਠ ਕੇ ਜਿਹੜੇ ਆਏ, ਸਾਰੀ ਪਬਲਿਕ ਵੀ ਆ ਰਹੀ ਆ ਅਤੇ ਸਾਰੀਆਂ ਦੁਕਾਨਾਂ ਵੀ ਖੋਲ੍ਹੀਆਂ ਗਈਆਂ, ਪਰ ਕਿਸੇ ਨੂੰ ਕੋਈ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਕਿ ਦੁਕਾਨਾਂ ਕਿਉਂ ਖੁੱਲ੍ਹੀਆਂ ਵਾ ਅਤੇ ਲੋਕ ਕਿੱਥੋਂ ਅਤੇ ਕਿਵੇਂ ਆ ਰਹੇ, ਕਿਸ ਕੰਮ ਆ ਰਹੇ ਆ। ਜੋ ਮੇਰੀ ਇਹ ਬੇਨਤੀ ਆ, ਉਹ ਤੋਂ ਬਾਅਦ ਪ੍ਰਸ਼ਾਸਨ ਥੋੜ੍ਹਾ ਜਿਹਾ ਹੁਣ ਹਿੱਲਿਆ ਅਤੇ ਬਾਜ਼ਾਰ ਦੇ ਵਿੱਚ ਆ ਕੇ ਜਦੋਂ ਪੁਲਿਸ ਵਾਲਿਆਂ ਨੇ ਦੁਕਾਨਾਂ ਬੰਦ ਕਰਾਉਣੀਆਂ ਕੀਤੀਆਂ ਤਾਂ ਲੋਕਾਂ ਨੇ ਬੰਦ ਕੀਤੀਆਂ। ਪਰ ਜੋ ਮੇਰੀ ਬੇਨਤੀ ਆ ਕਿ ਜਿਹੜੀ ਆਪਾਂ ਬਿਮਾਰੀ ਨਾਲ ਜੂਝ ਰਹੇ ਹਾਂ, ਇਹ ਨਾ ਮੁਰਾਦ ਬਿਮਾਰੀ ਜਾ, ਇਹਨੂੰ ਆਪਾਂ ਲਾਈਟਲੀ ਨਾ ਰਹੀਏ, ਇਹਨੂੰ ਆਪਾਂ ਇੱਕ ਛੋਟੀ ਬਿਮਾਰੀ ਨਾ ਸਮਝੀਏ। ਇਟਲੀ ਵਰਲਡ ਦਾ ਦੂਜਾ ਦੇਸ਼ ਹੈ ਜੋ ਫੈਸਿਲਿਟੀ ਦੇ ਵਿੱਚ ਸਭ ਤੋਂ ਅੱਗੇ ਆ, ਸਭ ਤੋਂ ਜ਼ਿਆਦਾ ਮਾਰ ਉਹਨੂੰ ਪਈ ਆ ਕਿਉਂਕਿ ਉਹਨੇ ਇਹਨੂੰ ਲਾਈਟਲੀ ਲਿਆ ਸੀ। ਇਹ ਸਾਰਾ ਕੁਝ ਜੋ ਕਰ ਰਹੇ ਹਾਂ ਆਪਾਂ ਆਪਣੇ ਵਾਸਤੇ ਕਰ ਰਹੇ ਹਾਂ, ਜੇ ਆਪਾਂ ਕੁਝ ਕਰ ਲਾਂਗੇ ਤਾਂ ਉੱਥੇ ਬਚ ਜਾਵਾਂਗੇ। ਜੇ ਆਪਾਂ 8-10-15 ਦਿਨ ਆਪਾਂ ਨੂੰ ਦੁਕਾਨਾਂ ਬੰਦ ਰੱਖਣੀਆਂ ਪੈਂਦੀਆਂ ਵਾ, ਅੰਦਰ ਰਹਿਣਾ ਪੈਂਦਾ ਵਾ।
ਬੰਦ ਤਾਂ ਇਹ ਜਨਤਾ ਨੂੰ ਕੁਛ ਆਪਣੇ ਆਪ ਚਾਹੀਦਾ, ਪ੍ਰਸ਼ਾਸਨ ਢਿੱਲਾ ਵਾ, ਪ੍ਰਸ਼ਾਸਨ ਬਹੁਤ ਢਿੱਲਾ ਵਾ। ਹੁਣ ਥੋੜ੍ਹਾ ਜਿਹਾ ਜਿਵੇਂ ਭਾਈ ਸਾਹਿਬ ਕਹਿ ਰਿਹਾ ਵੀ ਠੀਕ ਆ, ਥੋੜ੍ਹਾ ਜਿਹਾ ਸਖਤੀ ਹੋਈ ਆ ਅਤੇ ਲੋਕਾਂ ਨੇ ਦੁਕਾਨਾਂ ਦੁਕਾਨਾਂ ਬੰਦ ਕੀਤੀਆਂ। ਕੱਲ੍ਹ ਕਾਫੀ ਸਹਿਯੋਗ ਸੀ ਪ੍ਰਧਾਨ ਮੰਤਰੀ ਦੇ, ਅੱਜ ਚਲੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਇਹ ਡਾਊਨਲੋਡ ਦਾ, ਪਰ ਇਹਦੀ ਗੱਲ 'ਤੇ ਚੱਲੀਏ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਡਾਊਨਲੋਡ ਕੀ ਆ। ਇਹਦੇ ਵਿੱਚ ਜ਼ਿਆਦਾ ਤਾਂ ਮਾਰਕੀਟ ਬੰਦ ਸੀ, ਕੁਛ ਦੁਕਾਨਾਂ ਖੁੱਲ੍ਹੀਆਂ ਸੀ ਜਿਵੇਂ ਮਤਲਬ ਸਬਜ਼ੀ ਵਾਲੀਆਂ ਹੋਈਆਂ ਜਾਂ ਬੇਕਰੀ ਵਾਲੀਆਂ ਹੋਈਆਂ, ਉਹ ਵੀ ਉਹਨਾਂ ਦਾ ਵੀ ਟਾਈਮਿੰਗ ਕੀਤੀ ਗਈ ਆ। ਕੱਲ੍ਹ ਤੋਂ ਉਹਨਾਂ ਦਾ ਟਾਈਮ ਰੱਖਿਆ ਗਿਆ ਕਿ 8 ਤੋਂ 12 ਵਜੇ ਤੱਕ ਹੀ ਖੁੱਲ੍ਹਣਗੇ, ਉਸ ਤੋਂ ਬਾਅਦ ਨਹੀਂ ਖੁੱਲ੍ਹਣਗੇ, ਕਿਉਂਕਿ ਉਹਦੇ 'ਚ ਰਸ਼ ਪੈਂਦਾ ਤਾਂ ਉਹਦੇ ਨਾਲ ਵੀ ਪ੍ਰੋਬਲਮ ਆ ਰਹੀ ਸੀ। ਇਸ ਕਰਕੇ ਸਵੇਰੇ ਬੇਕਰੀ ਨਹੀਂ ਬੰਦ ਕਰਾਈ ਗਈਆਂ, ਨਾ ਆਪਣੇ ਸਬਜ਼ੀ ਵਾਲੀਆਂ ਦੁਕਾਨਾਂ ਬੰਦ ਕਰਾਈਆਂ, ਨਾ ਦੁੱਧੀਆਂ, ਬਾਕੀ ਆਲਰੇਡੀ ਬੰਦ ਸੀ। ਸਾਡੇ ਵੱਲੋਂ ਤਾਂ ਹਰ ਤਰ੍ਹਾਂ ਦਾ ਹੀ ਮਤਲਬ ਇੰਤਜ਼ਾਮ ਆ ਵੀ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਅਸੀਂ ਹੱਲ ਕਰਾਂਗੇ, ਜੇ ਕਿਸੇ ਗਰੀਬ ਨੂੰ ਕੋਈ ਖਾਣਾ ਨਹੀਂ ਮਿਲਦਾ ਤਾਂ ਉਹ ਵੀ ਅਸੀਂ ਆਪਣੇ ਕੋਲੋਂ ਹੈਲਪ ਕਰਨ ਲਈ ਤਿਆਰ ਹਾਂ। ਹੋਰ ਜੇ NGO ਕੋਈ ਇੱਥੇ ਅੱਗੇ ਆਉਣਗੀਆਂ ਠੀਕ ਹੈ, ਨਹੀਂ ਆਉਣਗੀਆਂ ਤਾਂ ਫਿਰ ਵੀ ਅਸੀਂ ਆਪਣੇ ਕੋਲੋਂ ਵੀ ਜਿੰਨੀ ਵੀ ਮਤਲਬ ਕਰ ਸਕਦੇ ਹਾਂ ਕਰਾਂਗੇ। ਉਹ ਤਾਂ ਗੌਰਮੈਂਟ ਦੇ ਕੰਮ ਹੈ ਜੀ, ਉਹ ਤਾਂ ਉਹਦੇ 'ਚ ਸਾਡਾ ਨਹੀਂ ਕੋਈ, ਅਸੀਂ ਤਾਂ ਆਪਣੇ ਕੋਲੋਂ ਜਿੰਨਾ ਵੀ ਅਸੀਂ ਮੁਲਾਜ਼ਮ ਸਾਰੇ ਇਕੱਠੇ ਹੋ ਕੇ ਜਿੰਨਾ ਵੀ ਸਾਡੇ ਕੋਲੋਂ ਸਮਰੱਥਾ ਹੋਊਗੀ ਉਹਦੇ ਮੁਤਾਬਕ ਅਸੀਂ ਗਰੀਬ ਜਿਹੜੇ ਜਿਨ੍ਹਾਂ ਨੂੰ ਮਤਲਬ ਰੁਜ਼ਗਾਰ ਨਹੀਂ ਮਿਲਿਆ, ਜਿਹੜੇ ਭੁੱਖੇ ਆ, ਜਿਨ੍ਹਾਂ ਨੂੰ ਖਾਣਾ ਨਹੀਂ ਮਿਲੂ, ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਉਂਦੀ ਸੀ। ਇਹ ਪਿੰਡਾਂ 'ਚ ਨਹੀਂ, ਐਕਚੁਲੀ ਤਾਂ ਸ਼ਹਿਰ ਦਾ ਦੁਕਾਨਦਾਰ ਆ, ਕਿਉਂਕਿ ਪਿੰਡਾਂ ਵਾਲੇ ਤਾਂ ਅੱਗੇ ਖੁੱਲ੍ਹਾ ਏਰੀਆ, ਥੋੜ੍ਹਾ ਜਿਹਾ ਫਰਕ ਆ। ਸ਼ਹਿਰ ਦੇ ਵਿੱਚ ਜਿਵੇਂ ਬੜਾ ਏਰੀਆ ਕੰਸਟਰਕਸ਼ਨ ਆ ਜਿਹੜਾ ਹੈਗਾ ਸ਼ੇਖੂਪੁਰ ਮੁਹੱਲਾ ਜਿੱਥੇ ਬਹੁਤ ਜ਼ਿਆਦਾ ਆਬਾਦੀ ਆ, ਉੱਥੇ ਔਖਾ ਉਹਨਾਂ ਨੂੰ ਵੇਅਰ ਜ਼ਿਆਦਾ ਕਰ ਰਹੇ ਹਾਂ। ਪਿੰਡਾਂ 'ਚ ਠੀਕ ਹੈ, ਕੁਝ ਮੁਹੱਲਿਆਂ ਵਿੱਚ ਸ਼ਰਾਬ, ਕੁਝ ਮੁਹੱਲਿਆਂ ਵਿੱਚ ਵੀ ਜਨਾਬ 10-10, 20-20 ਜਾਣੇ ਗਰੁੱਪ ਬਣਾ ਕੇ ਅਨਸੈਸਰੀ ਖਲੋਤੇ ਨੇ, ਉਹਨਾਂ ਬਾਰੇ ਕੀ ਕਰ ਰਹੇ? ਨਹੀਂ ਉਹਨਾਂ ਬਾਰੇ ਅਸੀਂ ਤਾਂ ਮਤਲਬ ਹੁਣ ਵਾਰ ਵਾਰ ਕਹਿ ਹੀ ਰਹੇ ਹਾਂ ਵੀ ਨਾ ਖੜਨਾ। ਉਹ ਤਾਂ ਹੁਣ ਜੇ ਕਈ ਜਗ੍ਹਾ ਹੀ ਲੋਕਾਂ ਦੀਆਂ ਮੈਂ ਘਰਾਂ ਜਾ ਕੇ ਵੇਖਿਆ ਜਿੱਥੇ 2-3-4 ਜਾਣੇ ਨਹੀਂ ਖੜ ਸਕਦੇ, ਇੰਨੀ ਜਗ੍ਹਾ ਤੰਗ ਆ। ਉਹ ਕੁਛ ਲੋਕ ਆ ਕੇ ਘਰਾਂ 'ਚੋਂ ਬਾਹਰ ਖੜ ਜਾਂਦੇ ਆ, ਉਹ ਵਾਰ ਵਾਰ ਕਹੀਦਾ ਉਹ ਚਲੇ ਜਾਂਦੇ ਅੰਦਰ, ਫਿਰ ਬਾਹਰ ਖੜ ਜਾਂਦੇ ਆ ਕੇ। ਬਾਕੀ ਜਿਹੜੇ ਠੇਕੇ ਵਾਲੀਆਂ ਦੁਕਾਨਾਂ ਉਹ ਤਾਂ ਬੰਦ ਕਰਾਈਆਂ ਗਈਆਂ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਵੀ ਉਹ ਨਹੀਂ ਖੁੱਲ੍ਹਣ ਦਿੱਤੀਆਂ ਜਾਣਗੀਆਂ। ਗੁਰਪਿਆਰੇ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜੋ ਹਿਦਾਇਤਾਂ ਦਿੱਤੀਆਂ ਗਈਆਂ ਨੇ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣਾ ਜੀਵਨ ਬਤੀਤ ਕਰੀਏ, ਅਤੇ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਇੰਨੀ ਮਦਦ ਕੀਤੀ ਜਾ ਰਹੀ ਹੈ ਕਿ ਜੋ ਵੀ ਲੋੜਵੰਦ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ, ਜ਼ਰੂਰਤ ਦਾ ਸਮਾਨ ਤੁਹਾਨੂੰ ਚਾਹੀਦਾ ਹੈ, ਜੇਕਰ ਉਹ ਹਰ ਚੀਜ਼ ਸਾਨੂੰ ਘਰੇ ਬੈਠਿਆਂ ਮੁਹੱਈਆ ਹੋ ਰਹੀ ਹੈ, ਤਾਂ ਇਸ ਤੋਂ ਚੰਗਾ ਭਲਾ ਹੋਰ ਕੀ ਹੋ ਸਕਦਾ ਹੈ? ਇਸ ਲਈ ਆਵਾਮ ਦਾ ਫਰਜ਼ ਬਣਦਾ ਹੈ ਕਿ ਜੇਕਰ ਪੁਲਿਸ ਅਤੇ ਪ੍ਰਸ਼ਾਸਨ ਤਨਦੇਹੀ ਦੇ ਨਾਲ ਇਸ ਘਾਤਕ ਵਾਇਰਸ ਨੂੰ ਠੱਲ ਪਾਉਣ ਵਾਸਤੇ ਦਿਨ ਰਾਤ ਕਰ ਰਹੀ ਹੈ, ਤਾਂ ਆਮ ਲੋਕ ਵੀ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਦਿੰਦੇ ਹੋਏ ਇਹਨਾਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਆਪਣੀ ਜ਼ਿੰਦਗੀ ਬਤੀਤ ਕਰਨ, ਤਾਂ ਜੋ ਇਹ ਕੋਰੋਨਾ ਦਾ ਕਹਿਰ ਪੰਜਾਬ ਵਿੱਚ ਜੜਾਂ ਨਾ ਪਸਾਰ ਸਕੇ। ਉਮੀਦ ਕਰਦਾ ਤੁਸੀਂ ਵੀ ਇਸ ਬਾਬਤ ਜ਼ਰੂਰ ਧਿਆਨ ਰੱਖੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਜੰਡਿਆਲਾ ਗੁਰੂ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।